ਸਸਿਗਾ ਮੇ ਸਾਰੇ ਦੋਸਤੋ ਹੁਣ ਮੈਂ ਤਾਂ ਇਹਨਾਂ ਗੱਲ ਕਰਨ ਲੱਗਿਆ ਆਪਣੇ ਲੈਕਚਰ ਪੋਲੀਟੀਕਲ ਦਾ ਲੈਕਚਰ ਆਪਣਾ ਤੇ ਇਹ ਪੰਜਾਬ ਪੁਲਿਸ ਦੇ ਵਿੱਚ ਵੀ ਲੈਕਚਰ ਪਾਇਆ ਹੋਇਆ ਇਹਨਾਂ ਨੇ ਸਪੈਸ਼ਲ ਲਿਖਿਆ ਹੋਇਆ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਨੇ ਨੀਚੇ ਮੈਂਸ਼ਨ ਕੀਤਾ ਹੋਇਆ ਪੇਪਰ ਇਹ ਪੇਪਰ ਤੇ ਇਹਨਾਂ ਨੇ ਕਿ ਇਹ ਬਈ ਅਸੀਂ ਲੈਣਾਗਾ ਅ ਪੇਪਰ ਜਿਹੜਾ ਉਹਦੇ ਵਿੱਚ ਅਸੀਂ ਜੁਡੀਸ਼ਰੀ ਦਾ ਪਾਇਆ ਹੋਇਆ ਜੁਡੀਸ਼ਰੀ ਜੁਡੀਸ਼ਰੀ ਲਿਖਿਆ ਹੋਊਗਾ ਜਿਹੜਾ ਜੁਡੀਸ਼ਰੀ ਲਿਖਿਆ ਹੋਇਆ ਹੈ ਨਾ ਪਤਰੋ ਉਹਦਾ ਮਤਲਬ ਇਹੀ ਹੈਗਾ ਜਿਹੜੇ ਨੇ ਕਾਦੀ ਗੱਲ ਕੀਤੀ ਹੈ ਇਹਨਾਂ ਨੇ ਗੱਲ ਕੀਤੀ ਆਪਣੀ ਦੀ ਦਾ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਅੱਜ ਆਪਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਵਾਲੇ ਚੰਗੀ ਤਰ੍ਹਾਂ ਪੜਾਂਗੇ ਤੇ ਜਿਹੜੇ ਬੱਚਿਆਂ ਨੇ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਦੇਣਾ ਭਾਈ ਉਹਨਾਂ ਦਾ ਸਿਲੇਬਸ ਲਗਭਗ ਕੰਪਲੀਟ ਹੋ ਚੁੱਕਿਆ ਉਹਤੇ ਮੈਂ ਅੱਜ ਸ਼ਾਮ ਨੂੰ ਇੱਕ ਵੀਡੀਓ ਬਣਾਉਣ ਲੱਗਾਗਾ ਸ਼ਾਮ ਨੂੰ ਵੀਡੀਓ ਬਣਾਉਣ ਲੱਗਾ ਹਾਂ ਦੇਖੋ ਜਿਹੜਾ ਕੁਝ ਵੀ ਹੁਣ ਮੈਂ ਤੁਹਾਨੂੰ ਕਰਵਾਤਾ ਜੀ ਕੇ ਦੇ ਵਿੱਚ ਪੋਲੀਟੀਕਲ ਤੁਹਾਨੂੰ ਕਰਵਾਤੀ ਠੀਕ ਹੈ ਜੀ ਪੋਲੀਟੀ ਤੁਹਾਨੂੰ ਕਰਵਾਤੀ ਮੈਂ ਤੇ ਹਿਸਟਰੀ ਤੁਹਾਨੂੰ ਕਰਵਾਤੀ ਠੀਕ ਹੈ ਜੀ ਜੋਗਰਾਫੀ ਵੀ ਤੁਹਾਨੂੰ ਕਰਵਾ ਦੂੰਗਾ ਬਸ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਕੰਪਲੀਟ ਕਰ ਦਾਂਗੇ ਆਪਾਂ ਠੀਕ ਹੈ ਤੇ ਪੋਲੀਟੀ ਹੋ ਗਈ ਹਿਸਟਰੀ ਹੋ ਗਈ ਤੇ ਗਾਂਧੀ ਯੁੱਗ ਵੀ ਹਿਸਟਰੀ ਚ ਆ ਜਾਂਦਾ ਉਹ ਵੀ ਆਪਣਾ ਕੰਪਲੀਟ ਹੋ ਗਿਆ ਤੇ ਕੰਟ ਅਫੇਰ ਆਪਣੇ ਚੱਲਦੇ ਆ ਦੇਖੋ ਆ ਸਾਰਾ ਸਲੇਵਸ ਉਹਨੇ 50 ਨੰਬਰਾਂ ਦਾ ਕਿਹਾ ਹੈਗਾ ਤੇ ਇੰਨੀਵੇਂ ਗਾਰੰਟੀ ਲੈਣਾ ਕਿ ਸਲੇਵਸ ਮੇਰੇ ਪੇਪਰ ਤੋਂ ਬਾਹਰ ਨਹੀਂ ਆਉਂਦਾ ਇਹ ਤੁਹਾਨੂੰ ਅੱਜ ਮੈਂ ਲਿਖ ਕੇ ਦੇਣ ਨੂੰ ਤਿਆਰ ਜਿਹੜਾ ਕੁਝ ਵੀ ਮੈਂ ਕਰਵਾਉਂਗਾ ਪੇਪਰ ਉਹਦੇ ਵਿੱਚੋਂ ਹੀ ਆਊਗਾ ਠੀਕ ਹੈ ਕਿਉਂਕਿ ਜਿਹੜੇ ਜਿਹੇ ਟੌਪਿਕ ਉਹਨੇ ਮੈਂਸ਼ਨ ਕੀਤਾ ਉਹ ਤੋਂ ਮੈਂ ਕਰਮੋਣੀ ਕਰਮੋਣੀ ਸੀ ਉਸ ਤੋਂ ਐਕਸਟਰਾ ਵੀ ਤੁਹਾਨੂੰ ਬਹੁਤ ਕਰਵਾ ਰਿਹਾ ਮੈਂ ਠੀਕ ਹੈ ਦੂਸਰੀ ਗੱਲ ਬਾਕੀ ਕਿਸੇ ਬੱਚ ਨੂੰ ਕੋਈ ਪੇਡ ਕੇ ਕੋਰਸ ਲੈਣਾ ਦਾ ਤੁਹਾਡੀ ਮਰਜ਼ੀ ਹੈ ਕਿਤੋਂ ਵੀ ਤੁਸੀਂ ਲੈ ਸਕਦੇ ਹੋ ਮੈਂ ਕੁਝ ਨਹੀਂ ਕਹਦਾ ਠੀਕ ਹੈ ਵਿੱਚ ਬੱਚੇ ਨੇ ਮੈਸੇਜ ਸਾਰੇ ਸੀ ਪੇਡ ਕੋਰਸ ਕਿਸੇ ਹੋਰ ਚੈਨਲ ਤੋਂ ਲੈ ਲਿਏ ਕੁਝ ਮਰਜ਼ੀ ਕਰੋ ਪੁੱਤਰੋ ਤੁਹਾਡੀ ਮਰਜ਼ੀ ਹੈ ਪਰ ਮੈਂ ਆ ਦੇ ਕੰਟੈਂਟ ਲਈ ਜ਼ਿੰਮੇਵਾਰੀ ਲੈਂਦਾ ਕਿ ਜਿਹੜਾ ਕੁਝ ਮੈਂ ਕਰਵਾਉਂਗਾ ਮੈਂ ਬਿਲਕੁਲ ਫ੍ਰੀ ਕਰਵਾਉਂਗਾ ਤੇ ਦੂਸਰੀ ਗੱਲ ਜਿਹੜਾ ਵੀ ਕੁਝ ਪੇਪਰ ਦੇ ਵਿੱਚ ਨੇ ਸਿਲੇਬਸ ਦੇ ਵਿੱਚ ਦਿੱਤਾਗਾ ਉਹੀ-ਉਹੀ ਚੀਜ਼ਾਂ ਮੈਂ ਕਵਰ ਕਰੂੰਗਾ ਸਾਰੀਆਂ ਦੀ ਸਾਰੀਆਂ ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਦੇ ਵਿੱਚ ਜਿਹੜਾ ਆਪਾਂ ਲੈਣਾਗਾ ਸਿਸਟਮ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਜਿਹੜਾ ਉਹਨੇ ਲੈਣਾਗਾ ਸਰਕਾਰ ਨੇ ਠੀਕ ਹੈ ਜੀ ਉਹਦੇ ਵਿੱਚ ਆਪਣਾ 90% 80% ਸਿਲੇਬਸ ਵਿੱਚ ਮੇ ਕਰਵਾ ਚੁੱਕਿਆਗਾ ਪੰਜਾਬ ਪੁਲਿਸ ਦਾ ਤੇ ਸਾਰੇ ਬੱਚਿਆਂ ਨੂੰ ਮੈਂ ਤੁਹਾਨੂੰ ਦੱਸ ਰੂਗੀ ਕੀ ਕੁਝ ਤੁਸੀਂ ਪੜ੍ਹਨਾ ਹੈ ਜਿਹੜਾ ਕੁਝ ਮੈਂ ਹੁਣ ਤੱਕ ਕਰਵਾਇਆ ਉਹ ਤੁਹਾਨੂੰ ਸਾਰੀਆਂ ਵੀਡੀਓ ਕੱਲੇ ਐਗਰੀਕਲਚਰ ਨੂੰ ਛੱਡ ਕੇ ਐਗਰੀਕਲਚਰ ਨੂੰ ਛੱਡ ਕੇ ਜਿੰਨੀਆਂ ਵੀ ਵੀਡੀਓ ਮੈਂ ਪਾਈਆਂ ਸਾਰੀਆਂ ਤੁਸੀਂ ਰਾਮ ਨਾ ਕਰਨੀਆਂ ਵਧੀਆ ਕਰਨੀਆਂ ਠੀਕ ਹੈ ਕਿ ਕੰਪਿਊਟਰ ਬਸ ਵਿੱਚ ਤੁਹਾਡਾ ਪੰਜ ਆਹ ਹਫਤੇ ਦੇ ਵਿੱਚ ਵਿੱਚ ਕੰਪਿਊਟਰ ਤੁਹਾਡਾ ਮੈਂ ਬ ਜਾ ਮੂਲੇ ਹਫਤੇ ਦੇ ਵਿੱਚ ਵਿੱਚ ਕੰਪਲੀਟ ਕਰ ਦੂੰਗਾ ਬੁੱਧਵਾਰ ਇਸ ਤੋਂ ਬਾਅਦ ਆਪਾਂ ਡੇਲੀ ਐਮਸੀਕਿਊ ਲਿਆ ਕਰਾਂਗੇ ਜਿਵੇਂ ਹੁਣ ਪੰਜਾਬੀ ਦੀ ਵੀ ਐਮਸੀਕਿਊ ਡੇਲੀ ਲੱਗਦੇ ਆ ਤੇ ਜੀਕੇ ਦੀ ਵੀ ਐਮਸੀਕਿਊ ਵੀ ਤੁਹਾਨੂੰ ਮੈਂ ਪਾਉਣਾ ਹੁੰਦਾ ਠੀਕ ਹੈ ਤਾਂ ਉਵੇਂ ਜਿਵੇਂ ਤੁਹਾਨੂੰ ਸਾਰੇ ਨੇ ਇਕੱਠੇ ਕੰਬੀਨੇਸ਼ਨ ਕਰਕੇ ਵੀ ਪਾਇਆ ਕਰੂੰਗਾ ਠੀਕ ਹੈ ਇੱਕ ਟੈਸਟ ਦੀ ਤਰ੍ਹਾਂ ਜੋ ਪੇਪਰ ਦੇ ਵਿੱਚ ਆਪਣੇ 15 ਤੋਂ 10 ਨੇ ਰਹੇਗਾ ਉਹ ਡੇਲੀ ਤੁਹਾਨੂੰ ਮੈਂ 100 ਨੰਬਰਾਂ ਦਾ ਪੇਪਰ ਪਾਇਆ ਕਰੂੰਗਾ ਜਿਵੇਂ ਕਿ ਪੇਪਰ ਦੇ ਵਿੱਚ ਆਉਣਾ ਹੁੰਦਾਗਾ ਠੀਕ ਹੈ ਉਹ ਇੱਕ ਹੋਊਗਾ ਤੇਰੀ ਸਪੀਡ ਵਾਸਤੇ ਠੀਕ ਹੈ ਰੀਜ਼ਨਿੰਗ ਦਾ ਵੀ ਸਲੇਵਸ ਲਗਭਗ ਕੰਪਲੀਟ ਹੋ ਜਿਹੜੀ ਗੱਲ ਕਰ ਰਹੇ ਸੁਪਰੀਮ ਕੋਰਟ ਤੇ ਹਾਈ ਕੋਰਟ ਇਹਨੇ ਸਲੈਟਸ ਦੇ ਵਿੱਚ ਦਿੱਤਾ ਹੋਇਆ ਇਹਨੂੰ ਇਹਨੇ ਕੀ ਕਿਹਾ ਹੋਇਆ ਜੁਡੀਸ਼ਰੀ ਦਿੱਤਾ ਹੋਇਆ ਜੁਡੀਸ਼ਰੀ ਕੀ ਹੁੰਦੀ ਹੈ ਜੁੜੀ ਜੁੱਠੇ ਨੂੰ ਕਿਹਾ ਨਾ ਆਪਾਂ ਨਿਆਂਪਾਲਿਕਾ ਸਾਡੇ ਦਾ ਸਾਡੇ ਸਮਾਜ ਦੇ ਵਿੱਚ ਤੇ ਸਾਡੇ ਦੇਸ਼ ਦੇ ਵਿੱਚ ਅਹਿਮ ਯੋਗ ਹੈ ਜਿਸ ਨਾਲ ਹਰ ਇੱਕ ਇਨਸਾਨ ਨੂੰ ਆਪਣਾ ਹੱਕ ਪਤਾ ਲੱਗਦਾ ਹੈ ਦੇਖੋ ਜੀ ਜੁਡੀਸ਼ਰੀ ਨਿਆਂਪਾਲਿਕਾ ਆਪਾਂ ਨੂੰ ਕੋਈ ਬੰਦਾ ਆਪਣੇ ਧੱਕਾ ਕਰਦਾ ਠੀਕ ਹੈ ਕੋਈ ਬੰਦਾ ਆਪ ਨੂੰ ਕੁੱਟਦਾ ਕੋਈ ਮਾਰਦਾ ਜਾਂ ਕਿਸੇ ਤਰ੍ਹਾਂ ਕੋਈ ਜ਼ੁਲਮ ਹੁੰਦਾਗਾ ਠੀਕ ਹੈ ਕਿਸੇ ਰਗੇ ਸੰ ਲੜਾਈ ਝਗੜਾ ਹੁੰਦਾ ਤਾਂ ਆਪਾਂ ਨੂੰ ਕੀ ਆ ਆਪਣੇ ਕੋਲ ਇੱਕ ਉਮੀਦ ਹੁੰਦੀ ਹੈ ਕਿ ਆਪਾਂ ਪੁਲਿਸ ਸ ਠੀਕ ਹੈ ਜੇ ਜਦੋਂ ਪਬਲਿਕ ਸਟੇਸ਼ਨ ਦੇ ਵਿੱਚ ਨਹੀਂ ਫੈਸਲਾ ਹੁੰਦਾ ਫਿਰ ਆਪ ਨੂੰ ਹੁੰਦਾਗਾ ਕਿ ਭਾਈ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਠੀਕ ਹੈ ਜੇ ਕੋਰਟ ਦੇ ਵਿੱਚ ਵੀ ਆਪਣਾ ਸੈਸ਼ਨ ਕੋਰਟ ਜਾਂ ਡਿਸਟ੍ਰਿਕਟ ਜ਼ਿਲ੍ਹਾ ਕੋਰਟ ਹੁੰਦਾ ਜਿਹੜਾ ਉੱਥੇ ਫੈਸਲਾ ਨਹੀਂ ਹੁੰਦਾ ਫਿਰ ਆਪ ਨੂੰ ਉਮੀਦ ਹੁੰਦੀ ਹੈ ਕਿ ਆਪਾਂ ਹਾਂ ਹਾਈ ਕੋਰਟ ਜਾਵਾਂਗੇ ਜੇ ਆਪਣਾ ਹਾਈ ਕੋਰਟ ਵੀ ਕੇਸ ਕਰ ਦਿੰਦੇ ਆ ਉੱਥੇ ਵੀ ਆਪਣੀ ਕੋਈ ਨਹੀਂ ਪੂਰੀ ਪੈਂਦੀ ਆਪਣਾ ਕਿਸੇ ਹਿਸਾਬ ਨਾਲ ਉੱਥੋਂ ਵੀ ਰਿਜੈਕਟ ਹੋ ਜਾਂਦਾ ਫਿਰ ਆਪਣੇ ਕੋਲ ਇੱਕ ਲਾਸਟ ਹੋਪ ਬਚਦੀ ਹੈ ਲਾਸਟ ਆਸ ਹੁੰਦੀ ਹੈ ਕਿ ਹੁਣ ਆਪਾਂ ਕਿੱਥੇ ਚੱਲਾਂਗੇ ਸੁਪਰੀਮ ਕੋਰਟ ਚੱਲਾਂਗੇ ਠੀਕ ਹੈ ਤੇ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਬੱਚੇ ਹੁੰਦਾ ਸੁਪਰੀਮ ਕੋਰਟ ਦਾ ਫੈਸਲਾ ਜਿਵੇਂ ਆਖਰੀ ਫੈਸਲਾ ਹੁੰਦਾ ਇਸ ਤੋਂ ਅੱਗੇ ਜੇ ਸੁਪਰੀਮ ਕੋਰਟ ਦੇ ਨਾਂ ਕੀਤੇ ਤਾਂ ਨਾਂ ਜੇ ਹਾਂ ਕੀਤੇ ਤਾਂ ਹਾਂ ਇਹ ਤੋਂ ਅੱਗੇ ਤੁਸੀਂ ਕਿਸੇ ਕੋਲ ਨਹੀਂ ਜਾ ਸਕਦੇ ਉੱਥੇ ਜਾ ਕੇ ਕੀ ਹੋ ਜਾਂਦਾ ਕੇਸ ਦੀ ਮਤਲਬ ਐਂਡ ਅੰਤਮ ਸਥਿਤੀ ਹੋ ਜਾਂਦੀ ਹੈ ਕੇਸ ਖਤਮ ਹੋ ਜਾਂਦਾ ਉੱਥੇ ਜਾ ਕੇ ਚਾਹੇ ਤੁਹਾਡੇ ਪੱਖ ਦੇ ਵਿੱਚ ਹੋਵੇ ਚਾਹੇ ਤੁਹਾਡੇ ਪੱਖ ਦੇ ਵਿੱਚ ਨਾ ਹੋਵੇ ਤੁਹਾਡੇ ਪੱਖ ਤੋਂ ਉਲਟ ਹੋਵੇ ਠੀਕ ਹੈ ਮਤਲਬ ਜਿਹੜਾ ਲਾਸਟ ਹੈ ਐਂਡ ਜਿਹੜਾ ਫੈਸਲਾ ਸੁਣਾਇਆ ਜਾਂਦਾ ਉਹ ਸੁਣਾਇਆ ਜਾਊਗਾ ਆਪਣੇ ਆ ਜੁਡੀਸ਼ਰੀ ਵੱਲੋਂ ਸੁਪਰੀਮ ਕੋਰਟ ਵੱਲੋਂ ਠੀਕ ਹੈ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਇਨਸਾਫ ਚਾਹੀਦਾ ਹੈ ਤਾਂ ਉਹ ਨਿਆਂਪਾਲਿਕਾ ਦਾ ਸਹਾਰਾ ਲੈਂਦਾ ਹੈ ਜਿਸ ਨਾਲ ਹਰੇਕ ਇਨਸਾਨ ਨੂੰ ਹਰੇਕ ਦੂਜੇ ਇਨਸਾਨ ਦੁਆਰਾ ਹੋਏ ਕਰੇ ਹੋਏ ਜ਼ੁਲਮ ਜਾਂ ਅਪਰਾਧ ਦਾ ਇਨਸਾਫ ਲੈ ਸਕਦਾ ਹੈ ਭਾਰਤ ਦੇ ਨਾਗਰਿਕਾਂ ਦੇ ਹਿੱਤਿਆਂ ਦੀ ਰੱਖਿਆ ਕਰਦੀ ਆਨਲਾਈਨ ਮੈਨ ਤੁਸੀਂ ਪੁੱਛ ਸਕਦੇ ਆ ਭਾਈ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਜੁਡੀਸ਼ਰੀ ਤਾਂ ਕੀ ਮਤਲਬ ਹੈ ਕੀ ਕਰਦੀ ਹੈ ਸਾਡੇ ਵਾਸਤੇ ਇਹ ਕਰਦੀ ਹੈ ਭਾਰਤ ਦੇ ਨਾਗਰਿਕਤਾ ਦੇ ਹਿੱਤਿਆ ਹਿੱਤ ਦੀ ਰੱਖਿਆ ਕਰਦੀ ਆ ਉਹਨਾਂ ਦੇ ਹੱਕਾਂ ਦੀ ਰੱਖਿਆ ਕਰਦੀ ਹੈ ਹਿੱਤਾਂ ਨੂੰ ਆਪਾਂ ਹੱਕ ਵੀ ਕਹਿ ਸਕਦੇ ਆ ਓਕੇ ਜੀ ਕੋਰਟ ਦੀਆਂ ਤਿੰਨ ਪੌੜੀਆਂ ਹੁੰਦੀਆਂ ਠੀਕ ਹੈ ਕੋਰਟ ਦੀਆਂ ਕਿੰਨੀਆਂ ਪੌੜੀਆਂ ਹੁੰਦੀਆਂ ਕਿੰਨੇ ਪੜਾ ਹੁੰਦੇ ਕੋਰਟ ਦੇ ਤਿੰਨ ਪੜਾ ਹੁੰਦੇ ਪੁੱਤਰੇ ਦੇ ਸਭ ਤੋਂ ਪਹਿਲਾਂ ਸਭ ਤੋਂ ਮਜ਼ਬੂਤ ਕੋਰਟ ਜਿਹੜਾ ਹੁੰਦਾ ਸਭ ਤੋਂ ਮਜ਼ਬੂਤ ਜਿਹਨੂੰ ਕਹਿੰਦੇ ਨੇ ਆਪਾਂ ਸਭ ਤੋਂ ਮਜ਼ਬੂਤ ਹੁੰਦਾਗਾ ਉਹ ਹੁੰਦਾ ਸੁਪਰੀਮ ਕੋਰਟ ਜਿਸ ਦਾ ਫੈਸਲਾ ਜਿਹੜਾ ਉਹਨੇ ਫੈਸਲਾ ਕੀਤਾ ਤਾਂ ਉਹ ਫੈਸਲਾ ਬਸ ਐਂਡਾ ਦਾ ਥਿਆ ਰੂਗਾ ਇਸ ਤੋਂ ਅੱਗੇ ਕੋਈ ਫੈਸਲਾ ਨਹੀਂ ਹੋਊਗਾ ਦੂਜੇ ਨੰਬਰ ਤੇ ਜਿਹੜਾ ਮਜ਼ਬੂਤ ਕੋਰਟ ਹੁੰਦਾ ਉਹ ਹੁੰਦਾ ਆਪਣਾ ਇੱਥੇ ਸੁਪਰੀਮ ਕੋਰਟ ਨਹੀਂ ਲਿਖਣਾ ਸੀ ਇਹ ਲਿਖਣਾ ਸੀ ਹਾਈ ਕੋਰਟ ਠੀਕ ਹੈ ਮੈਂ ਤੁਹਾਨੂੰ ਪੀਡੀਐਫ ਦੇ ਵਿੱਚ ਸੈਟਿੰਗ ਕਰ ਦੂੰਗਾ ਦੂਸਰੇ ਨੰਬਰ ਤੇ ਮਜ਼ਬੂਤ ਕੋਰਟ ਕਿਹੜਾ ਹੁੰਦਾ ਹਾਈ ਕੋਰਟ ਹੁੰਦਾ ਜਿਹੜਾ ਕਿ ਆਪਣੇ ਜਿਵੇਂ ਕਿ ਆਪਣੇ ਅ ਚੰਡੀਗੜ੍ਹ ਆਪਣਾ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਦਾ ਸਾਂਝਾ ਹੈਗਾ ਪੰਜਾਬ ਦੇ ਹਰਿਆਣਾ ਦਾ ਸਾਂਝਾ ਹਾਈ ਕੋਰਟ ਕਿੱਥੇ ਹੈ ਚੰਡੀਗੜ੍ਹ ਹਾਈ ਕੋਰਟ ਹਰਿਆਣਾ ਦੇ ਪੰਜਾਬ ਹਾਈ ਕੋਰਟ ਤੀਸਰੇ ਨੰਬਰ ਦਾ ਜਿਹੜਾ ਮਜ਼ਬੂਤ ਕੋਰਟ ਹੁੰਦਾ ਉਹ ਹੁੰਦਾ ਵੀ ਆਪਣਾ ਡਿਸਟ੍ਰਿਕਟ ਕੋਰਟ ਜਿਹੜਾ ਆਪਣੇ ਜ਼ਿਲ੍ਹਿਆਂ ਦੇ ਵਿੱਚ ਹੁੰਦਾ ਸੈਸ਼ਨ ਕੋਰਟ ਵੀ ਕਹਿੰਦੇ ਨੇ ਇਹਨੂੰ ਠੀਕ ਹੈ ਅ ਡਿਸਟ੍ਰਿਕਟ ਕੋਰਟ ਤੁੱਕੀ ਗੱਲ ਤਾਂ ਸੱਚੀ ਇਸ ਨੰਬਰ ਦੇ ਮਜ਼ਬੂਤ ਕੋਡ ਕਿਹੜਾ ਹੁੰਦਾ ਡਿਸਟ੍ਰਿਕਟ ਕੋਰਟ ਹੁਣ ਆਪਾਂ ਗੱਲ ਕਰਾਂਗੇ ਅੱਜ ਸੁਪਰੀਮ ਕੋਰਟ ਬਾਰੇ ਸੁਪਰੀਮ ਕੋਰਟ ਬਾਰੇ ਆਪਾਂ ਖੁੱਲ੍ਹ ਕੇ ਚਰਚਾ ਕਰਾਂਗੇ ਤੁਹਾਨੂੰ ਕੱਲੀ-ਕੱਲੀ ਜੀ ਸਮਝਾਵਾਂਗੇ ਸੁਪਰੀਮ ਕੋਰਟ ਕੀ ਹੁੰਦਾ ਅੱਧੇ ਵਕੀਰ ਬਣ ਜਾਉਗੇ ਤੁਸੀਂ ਅੱਜ ਠੀਕ ਹੈ ਨਾ ਜੇ ਇੱਕ ਮੈਨੂੰ ਜਰੂਰ ਵੀ ਇੱਕ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੁੰਦੀ ਹੈ ਕਿ ਵੀਡੀਓ ਨੂੰ ਲਾਈਕ ਕਰਦਾ ਕਿਉਂ ਇੰਨਾ ਤਾਕੜਾ ਤਾੜੇ ਬਾਰੇ ਕੰਟੈਂਟ ਲੈ ਕੇ ਆਉਣਾਗਾ ਇੱਕ ਦੋ ਬੱਚੇ ਹੈਗੇ ਜਿਹਦੋਂ ਨਾ ਕੋਈ ਮਤਲਬ ਗਲਤੀ ਹੋ ਜਾਂਦੀ ਹੈ ਐਗਰੀਕਲਚਰ ਦੇ ਅੰਦਰ ਲੈਕਚਰ ਦੇ ਵਿੱਚ ਇੱਕ ਜੋ ਲਿਖਣਾ ਦੇ ਸਭ ਤੋਂ ਪੁਰਾਣੀ ਯੂਨੀਵਰਸਿਟੀ ਦੇਖਣੀ ਲਿਖਣੀ ਦਾ ਇਹ ਸੀ ਕਿ ਸਭ ਤੋਂ ਵੱਡੀ ਯੂਨੀਵਰਸਿਟੀ ਏਸ਼ੀਆ ਦੀ ਕਿਹੜੀ ਹੈ ਉਹ ਲਿਖਿਆ ਗਿਆ ਪੀਜੂ ਇੱਕ ਦੋ ਥੱਲੇ ਮਤਾਂ ਦੇਣ ਲੱਗ ਜਾਂਦੇ ਆ ਤਾਂ ਕਿ ਕਿਹੜੇ ਹੋ ਕਿ ਇੱਥੇ ਆਏ ਹੋ ਗਿਆ ਇੱਥੇ ਆਏ ਹੋ ਗਿਆ ਯਾਰ ਕਿਹੜੀ ਵਾਲੀ ਗਲਤੀ ਹੋ ਜਾਂਦੀ ਹੈ ਹੁਣ ਮੈਂ ਵੀ ਬਾਅਦ ਵਿੱਚ ਵੀਡੀਓ ਦੇਖੂੰਗਾ ਉਹਦੇ ਵਿੱਚ ਜੇ ਕੋਈ ਗਲਤੀ ਹੁੰਦੀ ਹੈ ਮੈਂ ਕਰੈਕਟ ਕਰ ਲਾਂਦਾ ਹੁੰਦਾਗਾ ਠੀਕ ਹੈ ਤੇ ਸੱਦੀ ਕਹਿੰ ਲੱਗ ਗਿਆ ਗਲਤੀ ਇੱਥੇ ਜੀ ਕੀ ਆ ਗਲਤ ਹੋ ਗਿਆ ਜੀ ਇਹ ਵਗੈ ਤੇ ਥੋੜੀ ਚਲ ਕੋਈ ਗੱਲ ਕਹਿਦਿਆ ਕਰੋ ਪਰ ਤਮੀਜ਼ ਨਾਲ ਥੋੜਾ ਜਿਹਾ ਠੀਕ ਹੈ ਨੇ ਮੈਨੂੰ ਵੀ ਫਤਮੀਜ ਭੁੱਲਣੀ ਹੁੰਦੀ ਐ ਤੇ ਸੁਪਰੀਮ ਕੋਰਟ ਠੀਕ ਐ ਜੇ ਕੋਈ ਚੀਜ਼ ਗਲਤ ਹੋ ਜਾਂਦੀ ਹੁੰਦੀ ਐ ਕਹੇਦਾ ਕਰੋ ਜੀ ਆਹ ਚੀਜ਼ ਗਲਤ ਹੁੰਦੀ ਐ ਰਿਸਪੈਕਟ ਨਾਲ ਠੀਕ ਐ ਇਹ ਨਹੀਂ ਹੈਗਾ ਕਿ ਸੱਜੇ ਕਹੇਦਾ ਕਰੋ ਫੇ ਮੈਨੂੰ ਜੇ ਕੋਈ ਬਾਹਲਾ ਕੋਈ ਔਖਾ ਵੀ ਨੰਬਰ ਵੀ ਲੈ ਸਕਦਾ ਮੇਰਾ ਤੇ ਫੋਨ ਤੇ ਵੀ ਗੱਲ ਕਰ ਸਕਦਾ ਕੋਈ ਚੱਕਰਾਈ ਕਰਣੀ ਹੈਗੀ ਕੰਮ ਮੈਨੂੰ ਸਾਰੀ ਹੁੰਦੇ ਆ ਦੇਖੋ ਸੁਪਰੀਮ ਕੋਰਟ 124 ਆਰਟੀਕਲ ਦੇ ਵਿੱਚ ਕੀ ਕਿਹਾ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਦੇਖੋ ਆਪਾਂ ਉਹ 124 ਆਰਟੀਕਲ ਦੇ ਵਿੱਚ ਕੀ ਗੱਲ ਹੈ ਪੁੱਤ ਉਹਨੂੰ ਦੇਖੋ ਪ੍ਰਸ਼ਨ ਇਹ ਬਣੂਗਾ ਕਿ ਜਿਹੜਾ ਆਪਣਾ ਸੁਪਰੀਮ ਕੋਰਟ ਹੁੰਦਾਗਾ ਸੁਪਰੀਮ ਕੋਰਟ ਕਿਹੜੇ ਆਰਟੀਕਲ ਦੇ ਵਿੱਚ ਹੁੰਦਾ ਹੈ ਪ੍ਰਸ਼ਨ ਪੱਕੇ ਪੁੱਛਿਆ ਜਾਣਾਗਾ ਸੁਪਰੀਮ ਕੋਰਟ ਆਉਂਦਾ ਭਈ ਆਰਟੀਕਲ 124 ਦੇ ਵਿੱਚ ਸੁਪਰੀਮ ਕੋਰਟ ਦੀ ਗੱਲ ਕੀਤੀ ਗਈ ਹੋਈ ਹੈ ਆਰਟੀਕਲ 124 ਦੇ ਵਿੱਚ ਕਿਹਾ ਹੋਇਆ ਹੈ ਕਿ ਭਾਰਤ ਦੇ ਵਿੱਚ ਇੱਕ ਸੁਪਰੀਮ ਕੋਰਟ ਹੋਵੇਗਾ ਭਾਰਤ ਦੇ ਵਿੱਚ ਸਿਰਫ ਇੱਕ ਸੁਪਰੀਮ ਕੋਰਟ ਹੈ ਉਹ ਕਿੱਥੇ ਹੈ ਉਹ ਹੋਏਗਾ ਦਿੱਲੀ ਦੇ ਵਿੱਚ ਠੀਕ ਹੈ ਇਸ ਆਰਟੀਕਲ ਦੇ ਅੰਦਰ ਭਾਰਤ ਦੇ ਵਿੱਚ ਸਰਵਉੱਚ ਕੋਰਟ ਹੋਵੇਗਾ ਸਰਵਉੱਚ ਦਾ ਮਤਲਬ ਹੈ ਸਭ ਤੋਂ ਉੱਚਾ ਕੋਰਟ ਹੋਵੇਗਾ ਇਸ ਦਾ ਫੈਸਲਾ ਹੀ ਆਖਰੀ ਫੈਸਲਾ ਮੰਨਿਆ ਜਾਵੇਗਾ ਇਸ ਤੋਂ ਬਾਅਦ ਅੱਗੇ ਨੰਬਰ 2 ਤੇ ਫਾਸਟਲੀ ਇਸਟੈਲਿਸ਼ਡ ਇਨ ਕਲਕੱਤਾ 1774 ਰੈਗੂਲੇਟਿੰਗ ਐਕਟ 1773 ਨੂੰ ਮ ਕਰਵਾ ਕੇ ਗਿਆਗਾ 1773 ਰੈਗੂਲੇਟਿੰਗ ਐਕਟ ਜਿਹੜੇ ਬੱਚਨੇ ਜ਼ਿਆਦਾਤਰ ਮੈਨੂੰ ਪੀਸ ਕਮੈਂਟਾਂ ਦੇ ਵਿੱਚ ਦੱਸਿਓ ਕਿ ਸਾਰਾ ਸਾਰਾ ਜ਼ਿਆਦਾ ਪਿਛਲੀਆਂ ਚੀਜ਼ਾਂ 1773 ਦੇ ਵਿੱਚ ਰੈਗੂਲੇਟਿੰਗ ਐਕਟ ਪਾਸ ਹੋਇਆ ਸੀ ਜਿਹਦੇ ਕਰਕੇ ਬੰਗਾਲ ਦਾ ਪਹਿਲਾ ਬੰਗਾਲ ਦਾ ਗਵਰਨਰ ਬਣਦਾ ਸੀ ਰੁਕੀ ਬਣ ਲਗਿਆ ਸੀ ਕਮਾਲ ਬੰਗਾਲ ਦਾ ਗਵਰਨਰ ਜਨਰਲ ਬਣਿਆ ਸੀ ਪਹਿਲਾ ਕੌਣ ਬਣਿਆ ਸੀ ਬੌਰਨ ਹੇਸਟਿੰਗ ਦੇ ਸਮੇਂ ਦੇ ਵਿੱਚ ਹੀ 1773 ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ ਸੀ ਉਦੋਂ ਹੀ ਕਲਕੱਤੇ ਦੇ ਵਿੱਚ 1776 ਦੇ ਵਿੱਚ ਫਸਟ ਹਾਈ ਸੁਪਰੀਮ ਕੋਰਟ ਸਟੈਲਿਸ਼ ਕਰੀ ਗਈ ਸੀ ਤੇ ਕਿਹਨੇ ਕਰੀ ਸੀ ਇਹ ਕਹਿੰਦਾ ਪਹਿਲਾ ਜੱਜ ਕੌਣ ਸੀ ਇੰਪੇ ਪਹਿਲਾ ਜੱਜ ਕੌਣ ਸੀ ਨਾ ਇੰਪੇ ਸੀ ਭਾਈ ਠੀਕ ਹੈ ਇਸ ਤੋਂ ਬਾਅਦ ਅੱਗੇ ਆਫਟਰ ਦਾ ਆਫਟਰ ਦੈਨ ਇਸ ਤੋਂ ਬਾਅਦ ਜਦੋਂ ਇਸ ਤੋਂ ਬਾਅਦ ਇਹਨੂੰ ਦਿੱਲੀ ਦੇ ਵਿੱਚ ਸਟੈਲਿਸ਼ ਕਰਤਾ ਪਹਿਲਾਂ ਤਾਂ 1700 ਕਲਕੱਤਾ ਦੇ ਵਿੱਚ ਹੁੰਦਾ ਸੀ ਇਸ ਤੋਂ ਬਾਅਦ 1935 ਦੇ ਵਿੱਚ ਜਿਹੜਾ ਗਵਰਨਰ ਆਫ ਇੰਡੀਆ ਐਕਟ ਆਇਆ ਸੀ ਗਵਰਨਰ ਆਫ ਇੰਡੀਆ ਐਕਟ 1935 ਆਇਆ ਸੀ ਉਹਦੇ ਤਹਿਤ ਕੀ ਕੀਤਾ ਉਹਦੇ ਤਹਿਤ ਬਈ ਜਿਹੜਾ ਇਹ ਸੀ ਆਪਣਾ ਸੁਪਰੀਮ ਕੋਰਟ ਸੀ ਕਲਕੱਤਾ ਦੇ ਵਿੱਚ ਸੀ ਉਹਨੂੰ ਚੱਕ ਕੇ ਕਿੱਥੇ ਲਿਆ ਇਹ 1935 ਦੇ ਵਿੱਚ ਦਿੱਲੀ ਲਿਆ ਤੁਸੀਂ ਪੁੱਛ ਸਕਦੇ ਨੇ ਕਿਹੜੇ ਐਕਟ ਦੇ ਅਧੀਨ ਸੀ ਜਿਹੜਾ ਸੁਪਰੀਮ ਕੋਰਟ ਕਲਕੱਤਾ ਤੋਂ ਇਹਨਾਂ ਨੇ ਦਿੱਲੀ ਲੈ ਜਾਂਦਾ ਤਾਂ ਉਹ ਬਈ ਗਵਰਨਰ ਆਫ ਇੰਡੀਆ ਐਕਟ 1935 ਦੇ ਅੰਦਰ ਲੈ ਕੇ ਆਏ ਸੀ ਜਿਹੜਾ ਪਹਿਲਾਂ ਲੱਗਿਆ ਸੀ ਉਹ ਰੈਗੂਲੇਟਰੀ ਐਕਟ 773 ਦੇ ਅੰਦਰ ਲੱਗਿਆ ਸੀ ਉਹ ਵਾਰਨ ਹੇਸਟਿੰਗ ਗਵਰਨਰ ਜਨਨ ਹੁੰਦਾ ਸੀ ਤੇ ਇਹਦਾ ਪਹਿਲਾ ਕੌਣਾਗਾ ਇੰਪੀ ਇਸ ਤੋਂ ਬਾਅਦ ਅੱਗੇ ਸੁਪਰੀਮ ਕੋਰਟ ਜੱਜ ਆਰ ਅਪਾਇੰਟਡ ਬਾਇ ਦਾ ਪ੍ਰੈਜ਼ੀਡੈਂਟ ਵੈਰੀ ਗੁੱਡ ਕੁਐਸਚਨ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਪੁੱਛ ਸਕਦੇ ਆ ਕਿ ਜਿਹੜੇ ਸੁਪਰੀਮ ਕੋਰਟ ਦੇ ਜੱਜ ਹੁੰਦੇ ਨੇ ਉਹਨੂੰ ਕੌਣ ਅਪਾਇੰਟ ਕਰਦਾ ਕੌਣ ਉਹਨੂੰ ਨਿਯੁਕਤੀ ਪੱਤਰ ਦਿੰਦਾ ਤਾਂ ਰਾਸ਼ਟਰਪਤੀ ਦਿੰਦਾ। ਦੂਸਰੀ ਗੱਲ ਜਿਹੜੇ ਹਾਈ ਕੋਰਟ ਦੇ ਜੱਜ ਹੁੰਦੇ ਆ ਜਿਵੇਂ ਚੰਡੀਗੜ੍ਹ ਬੈਠੇ ਹਾਈ ਕੋਰਟ ਦੇ ਵਿੱਚ ਠੀਕ ਹੈ ਉਹਨਾਂ ਨੂੰ ਕੌਣ ਕਰਦਾ ਉਹਨਾਂ ਨੂੰ ਵੀ ਪ੍ਰੈਜ਼ੀਡੈਂਟ ਅਪਾਇੰਟ ਕਰਦਾ। ਠੀਕ ਹੈ ਉਹਨਾਂ ਨੂੰ ਵੀ ਕੌਣ ਅਪਾਇੰਟ ਕਰਦਾ ਪ੍ਰੈਜ਼ੀਡੈਂਟ ਅਪਾਇੰਟ ਕਰਦਾ। ਟੋਟਲ ਨੰਬਰ ਆਫ ਜੱਜ ਜਿਹੜਾ ਆਪਣਾ ਸੁਪਰੀਮ ਕੋਰਟ ਆ ਉਹਦੇ ਵਿੱਚ ਜੱਜ ਕਿੰਨੇ ਆ ਉਹਦੇ ਵਿੱਚ 33 ਤਾਂ ਆਮ ਜੱਜ ਹੁੰਦੇ ਆ ਠੀਕ ਹੈ ਇੱਕ ਉਹਨਾਂ ਦਾ ਸਭ ਤੋਂ ਸੀਨੀਅਰ ਜੱਜ ਹੁੰਦਾ ਟੋਟਲ ਕਿੰਨੇ ਜੱਜ ਹੁੰਦੇ ਆ 34 ਜੱਜ ਹੁੰਦੇ ਆ ਤੇ ਜਿਹੜਾ ਆਪਣਾ ਐਡਕੀ ਜੱਜ ਹੈਗਾ ਉਹਦਾ ਨਾਮ ਕੀ ਹੈ ਅਰਵਿੰਦ ਬੋਪੇ। ਅਰਮੇਨ ਬਾਬੂ ਦੇਵ ਦਾ ਨਾਮ ਆਗਾ 47ਵੇਂ ਨੰਬਰ ਦਾ ਹੈਗਾਗਾ ਠੀਕ ਹੈ 47ਵੇਂ ਨੰਬਰ ਦਾ ਸੀ ਜੀ ਹੈ ਇਹਦੋਂ ਪਹਿਲਾਂ ਕੌਣ ਹੁੰਦਾ ਸੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਛੜੀਮਾ ਕਿਹੜਾ ਸੀ ਸੁਨੀਲ अरोड़ा ਸੀ ਕਿ ਕੋਈ ਹੋਰ ਸੀ ਆਪਣਾ ਇਹਦਾ ਸੁਨੀਲ ਕੋੜਾ ਸੀ ਇੱਕ ਚੰਦਰ ਗੁੰਗਾਈ ਸੀ ਗੁੰਗਾਈ ਇਹ ਦੋਨਾਂ 'ਚ ਦੱਸੋ ਕਿਹੜਾ ਹੈਗਾ ਠੀਕ ਹੈ ਜੇਹੜਾ ਤੁਹਾਨੂੰ ਪਤਾ ਲੱਗਦਾ ਕਿ ਸੁਨੀਲ अरोड़ा ਕੌਣ ਸੀ ਪਤਾ ਲੱਗਦਾ ਕਿ ਨਹੀਂ ਪਤਾ ਲੱਗਦਾ ਜਾਂ ਰੰਜਨ ਗੁੰਗੋਈ ਸੀ ਜਾਂ ਰੰਜਨ ਗੁੰਗੋਈ ਸੀ ਤੁਸੀਂ ਦੱਸਣਾ ਮੈਨੂੰ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ ਜੱਜਾਂ ਦੀ ਜਿਹੜੇ ਸੁਪਰੀਮ ਕੋਰਟ ਦੇ ਜੱਜ ਹੁੰਦੇ ਆ ਭਾਈ ਇਹਨਾਂ ਦੀ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ 65 ਸਾਲ ਹੁੰਦੀ ਹੈ ਤੇ ਜਿਹੜੇ ਹਾਈ ਕੋਰਟ ਦੇ ਜੱਜ ਹੁੰਦੇ ਆ ਉਹਨਾਂ ਦੀ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ 60 ਸਾਲ ਹੁੰਦੀ ਹੈ ਓਕੇ ਰਿਮੂਵਲ ਪ੍ਰੋਸੈਸ ਕੀ ਹੈ ਦਾ ਇਹਨੂੰ ਕਿਵੇਂ ਹਟਾਇਆ ਜਾ ਸਕਦਾ ਹੈ ਅੰਪੀਚਮੈਂਟ ਕਿਵੇਂ ਕੀਤੀ ਜਾ ਸਕਦੀ ਹੈ ਇਹ ਤੁਹਾਨੂੰ ਦੱਸਿਆ ਹੋਗਾ ਇਹਨਾਂ ਨੂੰ ਹਟਾਇਆ ਜਾ ਸਕਦਾ ਸੰਸਦ ਦੇ ਵਿੱਚ ਮਤਾ ਪਾ ਕੇ ਇਹਨਾਂ ਨੂੰ ਹਟਾਇਆ ਜਾ ਸਕਦਾ ਠੀਕ ਹੈ ਜੀ ਸੰਸਦ ਦੇ ਵਿੱਚ ਮਤਾ ਪਾ ਕੇ ਇਹਨਾਂ ਨੂੰ ਹਟਾਇਆ ਜਾ ਸਕਦਾ ਹੈ ਤੇ ਦੂਸਰੀ ਗੱਲ ਅਪੀਚਮੈਂਟ ਰਾਸ਼ਟਰਪਤੀ ਨੂੰ ਹਟਾਉਣਾ ਤੇ ਜੱਜਾਂ ਨੂੰ ਹਟਾਉਣਾ ਇਹ ਰੂਲ ਲਿੱਤਾ ਗਿਆ ਸੀ ਆਪਾਂ ਤੋਂ ਇਹ ਕਿਹੜੀ ਕਿਹੜੀ ਸਟੇਟ ਤੋਂ ਲਿੱਤਾ ਸੀ ਇਹ ਲਿੱਤਾ ਸੀ ਆਪਾਂ ਯੂ ਐਸ ਏ ਤੋਂ ਇਹ ਅਪੀਚਮੈਂਟ ਦਾ ਇਹ ਤੁਹਾਨੂੰ ਕਰਵਾ ਕੇ ਗਿਆ ਹੋਇਆ ਮੈਂ ਸੋਰਸ ਦੇ ਵਿੱਚ ਦੇਖੋ ਸਾਰੀਆਂ ਚੀਜ਼ਾਂ ਤੁਹਾਨੂੰ ਕਰਵਾ ਕੇ ਗਿਆ ਮੈਂ ਉਹ ਹੀ ਉਹ ਚੀਜ਼ਾਂ ਬੈਕਗ੍ਰਾਉਂਡ ਆਈ ਜਾਣਗੀਆਂ ਕੁਆਲਿਫਿਕੇਸ਼ਨ ਕੀ ਹੁੰਦੀ ਹੈ ਜੱਜ ਦੀ ਜੱਜ ਬਣਨ ਮੈਂ ਜੱਜ ਬਣਨਾ ਹੋਵੇ ਕੱਲ ਨੂੰ ਮੈਨੂੰ ਕੁਆਲਿਫਿਕੇਸ਼ਨ ਕੀ ਕੀ ਜ਼ਹੀਰ ਹੈ ਜੱਜ ਬਣਨ ਵਾਸਤੇ ਮੈਨੂੰ ਦੇਖੋ ਜੱਜ ਬਣਨ ਵਾਸਤੇ ਮੈਨੂੰ ਕਿਹੜੀ ਕਿਹੜੀ ਕੁਆਲੀਫੀਕੇਸ਼ਨ ਚਾਹੀਦੀ ਹੈ ਹੀ ਸ਼ੀ ਮਸਟ ਬੀ ਸਿਟੀਜ਼ਨ ਆਫ ਇੰਡੀਆ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਪ੍ਰੈਕਟਿਸ ਆਫ ਲਿਸਟ 5 ਇਅਰ ਐਸ ਜੱਜ ਉਹ ਕਿਸੇ ਜੱਜ ਦੇ ਨਾਲ ਠੀਕ ਹੈ 5 ਸਾਲ ਤਜਰਬਾ ਲਿੱਤਾ ਹੋਣਾ ਚਾਹੀਦਾ ਕਿੰਨੇ ਸਾਲ 5 ਸਾਲ ਦਾ ਤਜਰਬਾ ਲਿੱਤਾ ਹੋਣਾ ਚਾਹੀਦਾ ਕਿਸੇ ਜੱਜ ਦੇ ਨਾਲ ਜਾਂ 10 ਸਾਲ ਇੱਕ ਲੋਅਰ ਵਾਂਗੂ ਰਹਿਣਾ ਚਾਹੀਦਾ ਰਹਿਣਾ ਹੋਇਆ 10 ਸਾਲ ਉਹਦੇ ਕੋਲ ਵਕੀਲ ਦਾ ਤਜਰਬਾ ਹੋਣਾ ਚਾਹੀਦਾ 10 ਸਾਲ ਦਾ ਵਕੀਲ ਦਾ ਤਜਰਬਾ ਹੋਣਾ ਚਾਹੀਦਾ ਉਹਦੇ ਕੋਲੇ ਤੇ ਲਾਸਟ ਤੋਂ ਜ਼ਿਆਦਾ ਜ਼ਿਆਦਾ ਸਭ ਤੋਂ ਇੰਪੋਰਟੈਂਟ ਹੈ ਉਹ ਕੀ ਹੈ ਹੀ ਸ਼ੀ ਮਸਟ ਬੀ ਜੁਡੀਸ਼ਟ ਇਨ ਦਾ ਆਈ ਆਫ ਦਾ ਪ੍ਰੈਜ਼ੀਡੈਂਟ ਕਹਿੰਦਾ ਮਤਲਬ ਕਿ ਉਹਨੇ ਕੋਈ ਇਹੋ ਜਿਹਾ ਫੈਸਲਾ ਲੈਂਦਾ ਹੋਵੇ ਉਹਨੇ ਕੋਈ ਇਹੋ ਜਿਹਾ ਫੈਸਲਾ ਲੈਂਦਾ ਹੋਵੇ ਜਿਹਦੇ ਕਰਕੇ ਸਾਰੇ ਭਾਰਤ ਦੀ ਅੱਖ ਸਾਰੇ ਭਾਰਤ ਦੀ ਨਜ਼ਰ ਆ ਜਿਹੜੀ ਉਸ ਕੇਸ ਤੇ ਹੋਵੇ ਤੇ ਉਸਨੇ ਬਹੁਤ ਵਧੀਆ ਫੈਸਲਾ ਸੁਣਾਇਆ ਹੋਵੇ ਕਹਿੰਦਾ ਮਤਲਬ ਕਿ ਉਹ ਰਾਸ਼ਟਰਪਤੀ ਦੀ ਨਿਗਾ ਦੇ ਵਿੱਚ ਹੋਵੇ ਰਾਸ਼ਟਰਪਤੀ ਨੂੰ ਪਤਾ ਹੋਵੇ ਕਿ ਇਹ ਬੰਦੇ ਨੇ ਬਹੁਤ ਵਧੀਆ ਕੰਮ ਕਰਿਆ ਤਾਂ ਕਰਕੇ ਇਹਨੂੰ ਹਾਈ ਕੋਰਟ ਦਾ ਜੇ ਬਣਾਇਆ ਜਾਵੇ ਜੱਜ ਬਣਾਇਆ ਜਾਵੇ ਜਾਂ ਸੁਪਰੀਮ ਕੋਰਟ ਦਾ ਜੱਜ ਬਣਾਇਆ ਜਾਵੇ ਠੀਕ ਹੈ ਪਤਾ ਲੱਗ ਗਿਆ ਸਰਗੀਆਂ ਚੀਜ਼ਾਂ ਇਹ ਜਰੈ ਇਹਨਾਂ ਮਹੱਤਵਪੂਰਨ ਹੈ ਨਹੀਂ ਇਹ ਨਹੀਂ ਕਿ ਤਾ ਤੂੰ ਕਦੇ ਪ੍ਰੀਸ਼ਨ ਨਹੀਂ ਆਊਗਾ ਕਿ ਕੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਉਹਦੇ ਵਿੱਚ ਇਹ ਕਦੇ ਨਹੀਂ ਪੁੱਛਿਆ ਜਾਊਗਾ ਪੇਪਰ ਦੇ ਵਿੱਚ ਇਹ ਸਿਰਫ ਤੁਸੀਂ ਵੈਸੇ ਨੌਕਰੀ ਵਾਸਤੇ ਦੱਸਤਾ ਮੈਂ ਤੁਹਾਨੂੰ ਨੰਬਰ 2 ਤੇ ਹੁਣ ਆਪਾਂ ਗੱਲ ਕਰਦੇ ਹਾਂ ਹਾਈ ਕੋਰਟ ਬਾਰੇ ਆਰਟੀਕਲ 214 ਦੇ ਵਿੱਚ ਕਿਹਾ ਹੋਇਆ ਹੈ ਭਾਈ ਕਿਹੜੇ ਚ ਆਰਟੀਕਲ 214 ਦੇ ਵਿੱਚ ਕਿਹਾ ਹੋਇਆ ਹੈਗਾ ਕਿ ਭਾਰਤ ਦੇ ਵਿੱਚ ਇੱਕ ਹਾਈ ਕੋਰਟ ਹੋਵੇਗਾ ਭਾਰਤ ਦੇ ਵਿੱਚ ਕੀ ਹੋਊਗਾ ਇੱਕ ਹਾਈ ਕੋਰਟ ਹੋਊਗਾ देयर आर ਬਨ ਸੁਪਰੀਮ ਕੋਰਟ ਇਨ ਇੰਡੀਆ ਵਟ ਆ ਦਾ ਮੈਨੀ ਹਾਈ ਕੋਰਟ ਕਹਿੰਦਾ ਮਤਲਬ ਕੀ ਹੈਗਾ ਕਿ ਆਪਣੇ ਇੰਡੀਆ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਹੈ ਉਹ ਤਾਂ ਇੱਕ ਹੀ ਹੋਊਗਾ ਠੀਕ ਹੈ ਜੀ ਜਿਹੜਾ ਸੁਪਰੀਮ ਕੋਰਟ ਆ ਤਾਂ ਇੰਡੀਆ ਦੇ ਵਿੱਚ ਇੱਕ ਹੀ ਹੈ ਦਿੱਲੀ ਦੇ ਵਿੱਚ ਹੈ ਜਿਹੜਾ ਫਾਰ ਜਿਹੜੇ ਆਪਣੇ ਛੋਟੇ ਹਾਈ ਕੋਰਟ ਆ ਉਹ ਬਹੁਤ ਜ਼ਿਆਦੇ ਆ ਠੀਕ ਹੈ ਜਿਵੇਂ ਹੁਣ ਆਪਣੇ ਪੰਜਾਬ ਪਲੱਸ ਹਰਿਆਣਾ ਦਾ ਸਾਂਝਾ ਹਾਈ ਕੋਰਟ ਆ ਕਿੱਥੇ ਚੰਡੀਗੜ੍ਹ ਠੀਕ ਹੈ ਜੀ ਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਕਿਦੋਂ ਬਣੀ ਸੀ 1952 ਦੇ ਵਿੱਚ ਕਿਹਦੇ ਜਿਹੜੀ ਜਿਹੜੀ ਤਿਆਰ ਕੀਨੇ ਕਰੇ ਚੰਡੀਗੜ੍ਹ ਦੀ ਸਾਰੀ ਸਟਰਕਚਰ ਲੀ ਕੋਬੀਜ਼ਰ ਨੇ ਦੇਖੋ ਠੀਕ ਹੈ ਦੋ ਚੀਜ਼ਾਂ ਕਲੀਅਰ ਹੋ ਗਈ ਟੋਟਲ ਨੰਬਰ ਆਫ ਹਾਈ ਕੋਰਟ ਆਪਣੇ ਇੰਡੀਆ ਦੇ ਵਿੱਚ ਟੋਟਲ ਕਿੰਨੇ ਹਾਈ ਕੋਰਟ ਨੇ? ਆਪਣੇ ਇੰਡੀਆ ਦੇ ਵਿੱਚ 24 ਹਾਈ ਕੋਰਟ ਹੁੰਦੇ ਸੀ ਪੁੱਤਰੋ ਪਹਿਲਾਂ। ਹੁਣ ਇੱਕ ਹੋਰ ਨਵਾਂ ਬਣ ਗਿਆ ਉਹਦੇ ਕਰਕੇ ਕਿੰਨੇ ਹੋਗੇ? 25 ਹੋਗੇ। ਅਮਰਾਵਤੀ। ਅਮਰਾਵਤੀ ਹਾਈ ਕੋਰਟ ਬਣ ਗਿਆ ਠੀਕ ਹੈ। ਇਹ ਵੀ ਗੱਲ ਯਾਦ ਰੱਖਣੀ ਹੈ। ਇੱਕ ਹਾਈ ਕੋਰਟ ਕਈ ਸਟੇਟਾਂ ਦੇ ਫੈਸਲੇ ਲੈ ਸਕਦਾ ਹੈ। ਸਹੀ ਬੋਲੇ ਅਪ੍ਰੇਸ਼ਨ ਆ ਸਕਦਾ ਕਿ ਜਿਹੜਾ ਹਾਈ ਕੋਰਟ ਹੈ ਉਹ ਇੱਕ ਤੋਂ ਵੱਧ ਸਟੇਟਾਂ ਦੇ ਫੈਸਲੇ ਲੈ ਸਕਦਾ ਹੈ। ਲੈ ਸਕਦਾ ਜੀ ਇਹ ਤਾਂ ਤੁਹਾਡੇ ਸਾਹਮਣੇ ਐਗਜ਼ਾਮਪਲ ਹੀ ਹੈਗੀ। ਜਿਵੇਂ ਹੁਣ ਇੱਕ ਆਪਣੇ ਹਾਈ ਕੋਰਟ ਹੈ ਚੰਡੀਗੜ੍ਹ ਹੈ। ਉਹ ਦੋ ਸਟੇਟਾਂ ਨੇ ਮਸਲੇ ਹੱਲ ਕਰਦਾ। ਕਿਹ ਜਿਹੜੇ ਪੰਜਾਬ ਦੇ ਪਲੱਸ ਹਰਿਆਣਾ ਦੇ ਵੀ ਦੋਨੇ ਮਸਲੇ ਕੌਣ ਹੱਲ ਕਰ ਰਿਹਾ ਹੈਗਾ ਇਹ ਕਰ ਰਿਹਾ ਹੈਗਾ ਹਾਈ ਕੋਰਟ ਸਿਟੀਜਨਿਟੀ ਦੀ ਗੱਲ ਹੈਗੀ ਇਹ ਹੱਲ ਕਰ ਰਿਹਾ ਇਹ ਗੱਲ ਤਾਂ ਇਹ ਹੋਊਗੀ ਦੂਜੀ ਗੱਲ ਤਾਂ ਦੋ ਤੋਂ ਵੱਧ ਸਟੇਟਾਂ ਤਾਂ ਇਸ ਲਈ ਤਾਂ ਵੀ ਹੋ ਸਕਦੀਆਂ ਹੁਣ ਕੋਈ ਸਟੇਟ ਛੋਟੀ ਹੁੰਦੀ ਹੈ ਕੋਈ ਸਟੇਟ ਆ ਵੱਡੀਆਂ ਹੁੰਦੀਆਂ ਤਾਂ ਉਹਨਾਂ ਵਾਸਤੇ ਇੱਕ ਫਿਕਸ ਬਣਾਇਆ ਜਾਂਦਾ ਕਿ ਭਾਈ ਆਹੀ ਫੈਸਲਾ ਸੁਣਾਊਗਾ ਕੋਰਟ ਇੱਥੇ ਥੋੜੇ ਕੇਸ ਲੱਗੇ ਜਾਣਗੇ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਆ ਇਹ ਪੇਜ ਨੂੰ ਜ਼ਰੂਰ ਯਾਦ ਰੱਖ ਲੋ ਜੇ ਪੇ ਪੁੱਛੀ ਜਾ ਸਕਦੀ ਹੈਗਾ ਸੀਜੀਆ ਹੀ ਹੁੰਦਾ ਹੈ ਸੀਜੀਆ ਹੀ ਹੁੰਦਾ ਹੈ ਚੀਫ ਜਸਟਿਸ ਆਫ ਇੰਡੀਆ ਚੀਫ ਜਸਟਿਸ ਆਫ ਇੰਡੀਆ ਜੇ ਮਤਲਬ ਦੱਸਿਆ ਕਿ 33 ਦਾ ਜੱਜ ਹੁੰਦੇ ਆ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਜਿਹੜਾ ਇੱਕ ਹੁੰਦਾ ਉਹ ਸਭ ਤੋਂ ਸੀਨੀਅਰ ਜੱਜ ਹੁੰਦਾਗਾ ਉਹ ਇਹ ਸੀਨੀਅਰ ਜੱਜ ਹੁੰਦਾ ਉਹਦੀ ਤਨਖਾਹ ਕਿੰਨੀ ਹੈ 375000 ਕਿੰਨੀ ਹੁੰਦੀ ਹੈ 375000 ਤੇ ਜਿਹੜਾ ਸੁਪਰੀਮ ਕੋਰਟ ਦੇ ਆਮ ਜੱਜ ਹੁੰਦੇ ਆ ਇੱਕ ਦਾ ਹੋਗਾ ਸੀਨੀਅਰ ਜੱਜ ਜਿਹੜਾ ਆਮ ਜੱਜ ਹੁੰਦੇ ਉਹਦੀ ਕਿੰਨੀ ਹੁੰਦੀ ਹੈ 3.5 ਲੱਖ ਗਵਰਨਰ ਦੀ ਤਨਖਾਹ ਵੀ ਇੰਨੀ ਹੁੰਦੀ ਹੈ ਜੇ ਤਾਂ ਉਹ ਪੁੱਛ ਲਈ ਕਿ ਗਵਰਨਰ ਦੀ ਸੰਗਾ ਕਿੰਨੀ ਹੈ ਗਵਰਨਰ ਦੀ ਸੰਗਾ ਵੀ 3.5 ਲੱਖ ਰੁਪਏ ਹੁੰਦੀ ਹੈ ਮਹੀਨੇ ਦੀ सीजीओ चीफ जस्टिस ऑफ हाई कोर्ट ਜਿਹੜਾ ਹਾਈ ਕੋਰਟ ਹੈ ਜਿਵੇਂ ਆਪਣੇ ਚੰਡੀਗੜ੍ਹ ਹੈਗਾ ਜਿਹੜਾ ਨਾ ਸੀਨੀਅਰ ਜੱਜ ਹੋਊਗਾ ਉਹਦੀ ਸੰਖਿਆ ਕਿੰਨੀ ਹੋਊਗੀ 3.5 ਲੱਖ ਤੇ ਜਿਹੜੇ ਉਹਦੇ ਵਿੱਚ ਆਮ ਜੱਜ ਹੋਣਗੇ ਹਾਈ ਕੋਰਟ ਦੇ ਵਿੱਚ ਜਿਹੜੇ ਸਿੰਪਲ ਹੋਣਗੇ ਜੱਜ ਜੱਜ ਦਾ ਹੋਣਾ ਸੁਪਰੀ ਕੋਰਟ ਦੇ ਵਿੱਚ ਘੱਟੋ ਘੱਟ 35 35 ਵੀ ਹੋ ਸਕਦੇ 20 ਵੀ ਹੋ ਸਕਦੇ ਆਪਣੇ ਹਾਈ ਕੋਰਟ ਦੇ ਵਿੱਚ ਜੱਜ ਠੀਕ ਹੈ ਹਾਈ ਕੋਰਟ ਦੇ ਛੋਟੇ ਜੱਜ ਹੁੰਦੇ ਉਹਨਾਂ ਦੀ ਹੋਊਗੀ ਜਿਹੜੇ ਮਤਲਬ ਇੱਕ ਨਾ ਸੀਨੀਅਰ ਜੱਜ ਹੋਗੇ ਉਹਨਾਂ ਦਾ ਚੀਫ ਹੋ ਗਿਆ ਜਿਹੜੇ ਨਾਲ ਦੇ ਜੋ ਛੋਟੇ ਜੱਜ ਹੁੰਦੇ ਉਹ ਹੋਗੇ 3.3 ਲੱਖ 25000 ਰੁਪਏ ਤਨਖਾਹਾਂ ਵੀ ਯਾਦ ਕਰਨੀ ਹੈ ਕਹਿੰਦੇ ਟੋਟਲ ਨੰਬਰ ਆਫ ਜੱਜ ਕਿੰਨੇ ਹੁੰਦੇ ਆ ਟੋਟਲ ਨੰਬਰ ਆਫ ਜੱਜ ਕਿੰਨੇ ਹੋਣਗੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੋਈ ਫਿਕਸ ਨਹੀਂ ਹੈਗਾ ਕਿ ਕਿੰਨੇ ਜੱਜ ਹੋ ਸਕਦੇ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਤਾਂ ਫਿਕਸ ਹੈਗੇ ਕਿ 33 ਜੱਜ ਹੋ ਸਕਦੇ ਇੱਕ ਸੀਨੀਅਰ ਜੱਜ ਹੋ ਸਕਦਾ ਜਦੋਂ ਇਹਨਾਂ ਦੇ ਵਿੱਚੋਂ ਇੱਕ ਕਿਸੇ ਕਰ ਨੂੰ ਰਿਟਾਇਰਮੈਂਟ ਹੁੰਦਾ ਤਾਂ ਉਹਦੇ ਸਾਰੇ ਜਲਦੀ ਜਲਦੀ ਦੂਸਰੇ ਜੱਜ ਨੂੰ ਲਿਆਂਦਾ ਜਾਂਦਾ ਕਿਸੇ ਹਾਈ ਕੋਰਟ ਦੇ ਵਿੱਚ ਜਿਹਦੇ ਪੈ ਗਿਆ ਫੈਸਲੇ ਸੁਣਾਏ ਹੋਣ ਉਹੀ ਕੰਮ ਸੇਮ ਟੂ ਸੇਮ ਇਹਦਾ ਇੱਥੇ ਕੋਈ ਜੱਜਾਂ ਦੀ ਕੋਈ ਲਿਮਟ ਨਹੀਂ ਹੈਗੀ ਘੱਟ ਵੀ ਹੋ ਸਕਦੇ ਵੱਧ ਵੀ ਹੋ ਸਕਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਦੇਅਰ ਸ਼ੈਲ ਵੀ ਹੈ ਚੀਫ ਜਸਟਿਸ ਆਫ ਹਾਈ ਕੋਰਟ ਠੀਕ ਹੈ ਦੇਅਰ ਸ਼ੈਲ ਵੀ ਹੈ ਚੀਫ ਜਸਟਿਸ ਆਫ ਹਾਈ ਕੋਰਟ ਚੀਫ ਜਸਟਿਸ ਵੀ ਹੁੰਦਾ ਹੈ ਇੱਕ ਇਹਨਾਂ ਦਾ ਹਾਈ ਕੋਰਟ ਦੇ ਵਿੱਚ ਇੱਕ ਕੀ ਹੋਊਗਾ ਚੀਫ ਜਸਟਿਸ ਹੋਊਗਾ ਜਿਹੜਾ ਸਭ ਤੋਂ ਉੱਪਰ ਹੋਊਗਾ ਠੀਕ ਹੈ ਸੀਨੀਅਰ ਹੋਊਗਾ ਸਭ ਤੋਂ ਆਲ ਜਜਰ ਆਰ ਅਪੁਆਇੰਟਡ ਬਾਈ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਕੇਸ ਹਾਈ ਕੋਰਟ ਦੇ ਵੀ ਪਲੱਸ ਸੁਪਰੀਮ ਕੋਰਟ ਦੇ ਵੀ ਜਿਹੜੇ ਜੱਜ ਹੁੰਦੇ ਆ ਪੁੱਤਰੋ ਇਹਨਾਂ ਨੂੰ ਕੌਣ ਮਨਜ਼ੂਰੀ ਦਿੰਦਾ ਇਹਨਾਂ ਨੂੰ ਪ੍ਰੈਜ਼ੀਡੈਂਟ ਰਾਸ਼ਟਰਪਤੀ ਇਹਨਾਂ ਨੂੰ ਅਪੁਆਇੰਟਮੈਂਟ ਦਿੰਦਾ ਹੈ। ਅਪੁਆਇੰਟਮੈਂਟ ਦਿੰਦਾ ਕੌਣ? ਰਾਸ਼ਟਰਪਤੀ। ਇਸ ਤੋਂ ਬਾਅਦ ਹਾਈ ਕੋਰਟ ਕਿਦੋਂ ਬਣਿਆ? ਸੁਪਰੀਮ ਕੋਰਟ ਦਾ ਤੁਹਾਨੂੰ ਪਤਾ ਕਿ 1973 ਦੇ ਵਿੱਚ ਬਣਿਆ ਸੀ ਰੈਗੂਲੇਟਿੰਗ ਐਕਟ ਦੇ ਤਹਿਤ। ਜਿਹੜਾ ਹਾਈ ਕੋਰਟ ਆ ਭਾਈ ਇਹ ਬਣਿਆ ਸੀ 14 ਮਈ 1862 ਦੇ ਵਿੱਚ। 14 ਮਈ 1862 ਦੇ ਵਿੱਚ ਬਣਿਆ ਸੀ। ਕਿੱਥੇ ਬਣਿਆ ਸੀ? ਕਲਕੱਤੇ ਦੇ ਵਿੱਚ। ਇਹ ਵੀ ਕਲਕੱਤੇ ਦੇ ਵਿੱਚ ਬਣਿਆ ਸੀ ਤੇ ਉਹ ਵੀ ਕਲਕੱਤੇ ਦੇ ਵਿੱਚ ਹੀ ਬਣਿਆ ਸੀ। ਇੱਥੇ ਜੱਜਾਂ ਦੀ ਉਮਰ ਕਿੰਨੀ ਹੁੰਦੀ ਹੈ? 62 ਸਾਲ ਹੁੰਦੀ ਹੈ। ਓਕੇ ਜੀ ਤੇ ਬਸ ਅੱਜ ਆਪ ਇੰਨੀ ਕਰਾਂਗੇ ਤੇ ਕੱਲ ਕਹੂੰਗੀ ਫਿਰ ਬਹੁਤ ਜ਼ਿਆਦਾ ਹੋ ਜਾਊਗਾ ਇੰਨੇ ਇੰਨੇ ਚੀਜ਼ੇ ਤੁਸੀਂ ਸਮਝੋ ਲੈ ਇਕ ਆਰਟੀਕਲ ਸਮਝੋ ਲੈ ਇਹਨਾਂ ਦੇ ਇਹ ਕਿੰਨੇ ਆਹ ਚੀਜ਼ਾਂ ਸਮਝ ਲਓ ਕੱਲ ਨੂੰ ਤੁਹਾਡਾ ਅਗਲਾ ਲੈਕਚਰ ਲੋਗ ਹੋਰੇ ਵਿੱਚ ਤੁਹਾਨੂੰ ਮੈਂ ਦੱਸੂਗਾ ਕਿ ਕਿਹੜੀਆਂ ਕਿਹੜੀਆਂ ਰਿੱਟਾਂ ਹੁੰਦੀਆਂ ਕੀ ਕੀ ਪਾਵਰ ਹੈਗੀ ਸੁਪਰੀਮ ਕੋਰਟ ਦੀ ਕੀ ਕੀ ਪਾਵਰ ਹਾਈ ਕੋਰਟ ਦੀ ਹੈ ਠੀਕ ਹੈ ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਠੀਕ ਹੈ ਜੀ ਇੱਕ ਵਾਰੀ ਦੇਖ ਲਓ ਆਹ ਠੀਕ ਹੈ ਇੱਕੇ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਦੇਖੋ ਧਿਆਨ ਨਾਲ ਸੁਣੋ ਲੈਕਚਰੀ ਪਾਰਟ ਹੈ ਵੀ ਅ ਮੰਨ ਲਓ ਮੈਂ ਕੋਈ ਕੇਸ ਕੀਤਾ ਮੇਰਾ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਠੀਕ ਹੈ ਮੈਂ ਕੇਸ ਕਰਤਾ ਮੈਂ ਕੇਸ ਕਰਤਾ ਤਾਂ ਪਹਿਲਾਂ ਆਪਾਂ ਜਿਹੜਾ ਕੋਰਟ ਕੇਸ ਕਰਦੇ ਹੁੰਦਾ ਕੋਈ ਵੀ ਉਹ ਕਰਦੇ ਹੁੰਦੇ ਹਾਂ ਆਪਾਂ ਡਿਸਟ੍ਰਿਕਟ ਕੋਰਟ ਦੇ ਵਿੱਚ ਜ਼ਿਲ੍ਹਾ ਕੋਰਟ ਦੇ ਵਿੱਚ ਜਿਹੜਾ ਵੀ ਜ਼ਿਲ੍ਹਿਆਂ ਦੇ ਵਿੱਚ ਕੋਰਟ ਨਹੀਂ ਹੈਗੇ ਜਿਵੇਂ ਸਾਡੇ ਬਠਿੰਡੇ ਕੋਰਟ ਬਣਿਆ ਹੋਇਆ ਮੰਨ ਲਓ ਮੇਰੇ ਕਿਸੇ ਨਾਲ ਲੜਾਈ ਝਗੜਾ ਹੁੰਦਾਗਾ ਮੈਂ ਕਰਤਾ ਕੋਰਟ ਡਿਸਟ੍ਰਿਕਟ ਕੋਰਟ ਦੇ ਵਿੱਚ ਡਿਸਟ੍ਰਿਕਟ ਕੋਰਟ ਦੇ ਵਿੱਚ ਮੇਰਾ ਕੇਸ ਚੱਲੀ ਗਿਆ ਕਾਫੀ ਟਾਈਮ ਮੇਰਾ ਕੇਸ ਚੱਲਿਆ ਜਦੋਂ ਭਾਈ ਮੈਨੂੰ ਜਿਸਟੇ ਕੋਰਟ ਦੇ ਵਿੱਚ ਕੇਸ ਦੇ ਵਿੱਚ ਮਤਲਬ ਮੇਰੇ ਉਲਟ ਫੈਸ ਤਾਂ ਮੈਂ ਡਿਸਟ੍ਰਿਕਟ ਕੋਰਟ ਤੋਂ ਕੇਸ ਜਾ ਕੇ ਕਿੱਥੇ ਕਰੂੰਗਾ ਹਾਈ ਕੋਰਟ ਦੇ ਵਿੱਚ ਕੇਸ ਕਰੂੰਗਾ ਇਹ ਕੱਲ ਯਾਦ ਰੱਖਣੀ ਹੈ ਇਹ ਲੜੀਵਾਰ ਕੰਮ ਚੱਲਦਾ ਹੁੰਦਾ ਹੈ ਠੀਕ ਹੈ ਹਾਈ ਕੋਰਟ ਦੇ ਵਿੱਚ ਮੈਂ ਕੇਸ ਕਰੂੰਗਾ ਬਾਅਦ ਵਿੱਚ ਜੇ ਮੇਰਾ ਹਾਈ ਕੋਰਟ ਕੇ ਚਲੀ ਗਿਆ ਠੀਕ ਹੈ ਹਾਈ ਕੋਰਟ ਕੇ ਚਲੀ ਗਿਆ ਉੱਥੋਂ ਵੀ ਭਾਈ ਮੈਂ ਹਾਰ ਗਿਆ ਹਾਈ ਕੋਰਟ ਚ ਵੀ ਕੇਸ ਹਾਰ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਮੇਰਾ ਕੋਰਟ ਹੋਊਗਾ ਐਂਡ ਤੇ ਕਿੱਥੇ ਜਾਊਂਗਾ ਮੈਂ ਸੁਪਰੀਮ ਕੋਰਟ ਜਾਊਂਗਾ ਆ ਤਾਂ ਆ ਜਾਂਦਾ ਆਰਟੀਕਲ 123 ਦੇ ਵਿੱਚ ਆ ਜਾਂਦਾ ਆਰਟੀਕਲ 214 ਦੇ ਵਿੱਚ 124 ਦੇ ਵਿੱਚ ਆਉਂਦਾ ਸੁਪਰੀਮ ਕੋਰਟ ਤਾਂ 124 ਦੇ ਵਿੱਚ ਆਉਂਦਾ ਹੈ ਹਾਈ ਕੋਰਟ ਆਉਂਦਾ 214 ਦੇ ਵਿੱਚ ਠੀਕ ਹੈ ਇਹ ਟ੍ਰਿਕ ਨਾਲ ਯਾਦ ਕਰ ਲਓ ਦੇਖੋ ਆਹ ਦਾ 214 ਉਹ 124 ਹੈ ਉਹੀ ਅੱਖਰ ਸੇਮ ਟੂ ਸੇਮ ਇੱਕ ਦੂਜੇ ਦੇ ਵਿੱਚ ਹੀ ਪਾਏ ਹਨਾ ਸਭ ਤੋਂ ਪਹਿਲਾਂ ਯਾਦ ਕਰ ਲਓ ਜਿਹੜੀ ਤਾਂ ਵੱਡੀ ਹੈ ਸੁਪਰੀਮ ਕੋਰਟ ਆ ਜਿਹੜੀ ਉਹਦੇ ਅੱਖਰ ਛੋਟੇ ਆ ਜਿਹੜੀ ਹਾਈ ਕੋਰਟ ਛੋਟੀ ਹੈ ਉਹਦੇ ਅੱਖਰ ਵੱਡੇ ਆ ਉਹਦਾ 214 ਬਣਦਾ ਬਸ ਸਮਝ ਲਿਆ ਨੇ ਕੀ ਕੀਤਾ ਦੂਈ ਨੂੰ ਇੱਧਰ ਲਿਆਏ ਠੀਕ ਹੈ ਦੂਈ ਇੱਧਰ ਲਿਆਂਦਾ ਚਾਰ-ਚਾਰ ਮੰਗ ਲਈ ਰਹਿ ਗਿਆ ਠੀਕ ਹੈ 124 214 ਬਸ ਟ੍ਰਿਕ ਨਾਲ ਯਾਦ ਕਰ ਲਓ ਪੁੱਤਰੋ ਇਸ ਤੋਂ ਬਾਅਦ ਬੰਦਾ ਦੱਸਦਾ ਤੁਹਾਨੂੰ ਡਿਸਟ੍ਰਿਕਟ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਉਹ ਆਖਰੀ ਫੈਸਲਾ ਮੰਨਿਆ ਜਾਂਦਾ ਹੁੰਦਾ ਧਿਆਨ ਨਾਲ ਯਾਦ ਕਰ ਲਿਓ ਇਹ ਠੀਕ ਹੈ ਪੇਪਰ ਜਿਹੜਾ ਮੈਂ ਕਰਵਾਉਂਗਾ ਉਹ ਪੇਪਰ ਵਾਰ ਨਹੀਂ ਹੁੰਦਾ ਤੁਹਾਨੂੰ ਮੈਂ ਦੱਸਿਆ ਹੋਇਆ ਪਹਿਲਾਂ ਵੀ ਤੇ ਥੋੜਾ ਜਿਆ ਧਿਆਨ ਨਾਲ ਪੜਿਓ ਜੇ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਤਾਂ ਦਾਦਾ ਗਰੋ ਇੱਕ ਤੁਸੀਂ ਪੀਡੀਐਫ ਪੀਡੀਐਫ ਸਰਦਨ ਕਰੀ ਜਾਂਦੇ ਹੋ ਪੀਡੀਐਫ ਤੁਹਾਨੂੰ ਮਿਲ ਜਾ ਕਰਨਗੇ ਤੁਹਾਨੂੰ ਜਿਹਨੂੰ ਮੈਂ ਕਹਤਾ ਨਾ ਕਿ ਪੀਡੀਐਫ ਆਈ ਮੈਂ ਤੁਹਾਨੂੰ 5-4 ਦਿਨਾਂ ਬਾਅਦ ਇਕੱਠੇ ਕਰ ਦਿਆ ਕਰੋ ਅੱਗੇ ਕਿਹੜਾ ਮੈਂ ਕੀਤੇ ਨਹੀਂ ਪੀਡੀਐਫ ਤੁਹਾਨੂੰ ਕਦੇ ਠੀਕ ਹੈ ਪੀਡੀਐਫ ਮਿਲ ਜਾ ਕਰਨਗੇ ਤੁਹਾਨੂੰ ਏਡੀ ਚੱਕਰ ਵਾਲੀ ਗੱਲ ਨਹੀਂ ਓਕੇ ਤੁਸੀਂ ਪਹਿਲਾਂ ਵੀਡੀਓ ਧਿਆਨ ਨਾਲ ਦੇਖਿਆ ਕਰੋ ਇਸ ਤੋਂ ਬਾਅਦ ਮੈਂ ਪੀਡੀਐਫ ਭੇਜਿਆ ਕਰੂੰਗਾ ਓਕੇ ਪੀਡੀਐਫ ਮੈਂ ਕੋਸੇ 4 ਤਾ ਪੌਣਾ ਨਹੀਂ ਪਈ ਤਾਂ ਤੁਹਾਨੂੰ ਵੀ ਪਤਾ ਕਿ ਵੀਡੀਓ ਬਦ ਮੈਂ ਤੇ 4 ਪੌਣਾ ਹੋਵੇ ਠੀਕ ਹੈ ਕਿਆ ਤੇ ਆਣਾ ਲੜੂ ਪਹਿਲੇ ਇੱਕ ਚਸਰਾ ਕੱਲੀ ਕੱਲੀ ਰਾਸ਼ੀ ਵੀ ਯਾਦ ਹੋਣੀ ਚਾਹੀਦੀ ਕਿੰਨੀ ਕਿੰਨੀ ਤਨਖਾਹ ਮਿਲਦੀ ਹੈ ਜਿਹੜੋ ਇਸ ਟੈਲੀਵਿਜ਼ਨ ਹੋਈ ਹੈ ਠੀਕ ਹੈ ਕਿਤੇ ਬਸ ਉਹ ਆ ਨਾ 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 ਆਏ ਜੇ ਕਰਕੇ ਕਹਾਂ ਦੂੰ ਕਿ ਹਾਂ ਜੀ ਹੋ ਗਈ ਤਿਆਰੀ ਤੇ ਦੂ ਅੱਗੇ ਚੱਲੋ ਤੇ ਮੁੜ ਕੇ ਪੇਪਰ ਚੋਂ ਜਿਹੜਾ ਪਹਿਲਾਂ ਦਾ ਤਾਂ ਪੱਖਿਆ ਮੰਨਿਆ ਝਾਕ ਕੇ ਆ ਜਾਓ ਕਿਤੇ ਉੱਥੇ ਠੀਕ ਹੈ ਤੇ ਪੂਰੀ ਵਧੀਆ ਤਿਆਰੀ ਕਰਕੇ ਆਉਣੀ ਹੈ ਤੇ ਹੋਰ ਜੇ ਕੋਈ ਕੱਲ ਨਾ ਸਮਝਿਆ ਤਾਂ ਪੁੱਛ ਸਕਦਾ ਹੈਗਾ ਧੰਨਵਾਦ ਮੇਰੇ ਦੋਸਤੋ ਜਉਂਦੇ ਬਦ ਦੇ ਰੋ ਬਾਈ